ਨਾਮ ਸ਼੍ਰੀ ਵਾਹਿਗੁਰੂ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸਲੋਕ ਗਿਆਨੰਜਨ ਗੁਰ ਦੀਆ ਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਤੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸਨਾ ਪਰਿਆ ਰੇ। ਸਤਿਗੁਰ ਨਾਨਕ ਦੇਵ ਜੀ ਦੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਕਰੋ ਰਸਨਾ ਪਵਿੱਤਰ ਸੜ ਜਾਣੇ ਆਖੋ ਸਤਨਾਮ ਸ੍ਰੀ ਵਾਹਿ। ਆਪ ਗੁਰੂ ਚਰਨਾਂ 'ਚ ਬੈਠੇ ਧੁਰੋਂ ਆਈ ਬਾਣੀ ਰੱਬੀ ਬਾਣੀ ਦਾ ਆਨੰਦ ਮਾਣ ਰਹੇ ਸੀ। ਗੁਰੂ ਚਰਨਾਂ 'ਚ ਅਸੀਂ ਆਉਂਦੇ ਹਾਂ ਕੋਈ ਨਾ ਕੋਈ ਮੰਗ ਲੈ ਕੇ ਆਉਂਦੇ ਹਾਂ। ਮੰਗ ਜ਼ਰੂਰ ਹੁੰਦੀ ਹੈ, ਐਸੀ ਗੱਲ ਨਹੀਂ ਹੈਗੀ। ਹੁਣ ਮੰਗਾਂ ਵੀ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ। ਇੱਕ ਮੰਗ ਤਾਂ ਹੁੰਦੀ ਹੈ ਜਿਹੜੀ ਕਦੀ ਹੁੰਦੀ ਹੈ ਕਦੀ ਨਹੀਂ ਹੁੰਦੀ। ਜੇਕਰ ਪੁੱਤਰ ਪੈਦਾ ਨਹੀਂ ਹੋਇਆ ਤਾਂ ਅਰਦਾਸ ਕੀਤੀ ਪੁੱਤਰ ਹੋ ਗਿਆ, ਮੰਗ ਮੁੱਕ ਗਈ। ਪਹਿਲਾਂ ਹੈਗੀ ਸੀ, ਪੁੱਤਰ ਜੰਮਣ ਤੋਂ ਬਾਅਦ ਮੁੱਕ ਗਈ। ਮਕਾਨ ਨਹੀਂ ਹੈਗਾ, ਮੰਗ ਕੀਤੀ ਮਕਾਨ ਮਿਲ ਗਿਆ, ਮੰਗ ਮੁੱਕ ਗਈ। ਕਾਰੋਬਾਰ ਨਹੀਂ ਚੱਲਦਾ, ਮੰਗ ਰੱਖੀ ਗੁਰੂ ਚਰਨਾਂ 'ਚ, ਮੰਗ ਮੁੱਕ ਗਈ। ਇਹ ਮੰਗ ਹੈ ਜਿਹੜੀ ਕਦੀ ਹੁੰਦੀ ਹੈ ਕਦੇ ਨਹੀਂ, ਇਹਨਾਂ ਨੂੰ ਉੱਪਰੀ ਮੰਗ ਵੀ ਕਹਿ ਦਿੰਦੇ। ਇੱਕ ਮੰਗ ਹੁੰਦੀ ਹੈ ਜਿਹੜੀ ਹਮੇਸ਼ਾ ਹੀ ਰਹਿੰਦੀ ਹੈ, ਹਰਕਦੀ ਰਹਿੰਦੀ ਹੈ। ਕੀ ਗੱਲ ਸਮਾਪਤੀ ਕਰ ਦੋ। ਹਾਂਜੀ ਚਲੋ ਫਿਰ ਸਮਾਪਤੀ ਕਰ ਦਿੰਦੇ। ਅੱਛਾ ਅੱਛਾ ਇੱਕ ਮੰਗ ਐਸੀ ਹੁੰਦੀ ਹੈ ਜਿਹੜੀ ਹਮੇਸ਼ਾ ਹੀ ਹੁੰਦੀ ਹੈ, ਹਰਕਦੀ ਹੁੰਦੀ ਹੈ। ਤੁਹਾਡੀ ਵੀ ਹੈ, ਮੇਰੀ ਵੀ ਹੈ, ਇੱਕ ਛੋਟੇ ਬੱਚੇ ਦੀ ਵੀ ਹੈ, ਜਾਨਵਰ ਦੀ ਵੀ ਹੈ, ਪੰਛੀ ਦੀ ਵੀ ਹੈ, ਜਿੰਨੇ ਵੀ ਜੀਵ ਜੰਤੂ ਸਾਰਿਆਂ ਦੀ ਮੰਗ ਹੁੰਦੀ ਹੈ। ਕਿਹੜੀ ਮੰਗ ਹੁੰਦੀ ਹੈ ਜਿਹੜੀ ਕਦੀ ਨਹੀਂ ਮੁੱਕਦੀ? ਇਸ ਵੇਲੇ ਤੁਹਾਡੀ ਵੀ ਮੰਗ ਹੈਗੀ ਹੈ, ਹੁਣ ਬੈਠੋ ਤੁਹਾਡੀ ਮੰਗ ਇਸ ਵੇਲੇ ਵੀ ਹੈਗੀ ਹੈ, ਯਾਨੀ ਕਦੀ ਮੁੱਕਣੀ? ਕਿਹੜੀ ਮੰਗ ਹੈ ਦੱਸੋ। ਹਾਂਜੀ ਕਿਹੜੀ ਮੰਗ ਹੈ ਦੱਸੋ। ਨਹੀਂ ਇੱਕ ਮੰਗ ਜਿਹੜੀ ਕਦੀ ਮੁੱਕਣੀ ਨਹੀਂ, ਇਸ ਵੇਲੇ ਵੀ ਮੰਗ ਹੈਗੀ ਹੈ ਤੁਹਾਡੀ, ਠੀਕ ਹੈ। ਚਰਨਾਂ ਦੀ ਪ੍ਰੀਤੀ ਜਾਨਵਰ ਕਿਵੇਂ ਮੰਗੇਗਾ? ਉਹਦੇ ਮੁਲਖਾਂ ਜਨਮ ਜਾ ਕੇ ਮੰਗੇਗਾ? ਉਹ ਮੰਗ ਹੈ ਕਿ ਸੁੱਖ ਦੀ। ਹਰ ਬੰਦਾ ਸੁੱਖ ਮੰਗਦਾ, ਰੋਟੀ ਭੁੱਖ ਦੀ ਵੀ ਮੰਗਣੀ ਹੁੰਦੀ, ਰੋਟੀ ਖਾਧੀ ਕਿ ਮੋਕ ਕੀ ਜਦੋਂ ਤੁਹਾਨੂੰ ਰੱਜੇ ਹੋ, ਤੁਹਾਨੂੰ ਅੱਗੇ ਭਾਵੇਂ ਖੀਰ ਪ੍ਰਸ਼ਾਦੇ ਰੱਖੇ ਤਾਂ ਨਹੀਂ ਤੁਸੀਂ ਛਕੋਗੇ, ਉਹ ਮੰਗ ਹੈ ਹੀ ਨਹੀਂ ਕਿ ਮੁੱਕ ਗਈ। ਉਹ ਤਾਂ ਮੰਗ ਕਦੀ ਹੁੰਦੀ ਕਦੀ ਨਹੀਂ ਹੁੰਦੀ। ਇੱਕ ਮੰਗ ਹੈ ਹਮੇਸ਼ਾ ਉਹ ਰਹਿੰਦੀ, ਉਹ ਕਿਹੜੀ ਮੰਗ ਹੈ? ਸੁੱਖ ਦੀ। ਸੁੱਖ ਹਮੇਸ਼ਾ ਬੰਦਾ ਮੰਗਦਾ। ਪੁੱਤਰ ਕਾਹਦੇ ਵਾਸਤੇ ਮੰਗਦੇ ਹੋ? ਸੁੱਖ ਵਾਸਤੇ। ਮਕਾਨ ਕਾਹਦੇ ਲਈ ਲੈਂਦੇ ਹੋ? ਸੁੱਖ ਵਾਸਤੇ। ਕਾਰੋਬਾਰ ਕਾਹਦੇ ਲਈ ਕਰਦੇ ਹੋ? ਸੁੱਖ ਵਾਸਤੇ। ਗੁਰੂ ਚਰਨਾਂ 'ਚ ਕਿਉਂ ਆਏ ਹੋ? ਸੁੱਖ ਵਾਸਤੇ। ਇਹ ਮੰਗ ਹਮੇਸ਼ਾ ਰਹਿੰਦੀ ਹੈ, ਤਾਂ ਵੀ ਹੁਣ ਵੀ ਤੁਹਾਡੀ ਮੰਗ ਹੈ, ਤੁਹਾਡੀ ਹੁਣ ਵੀ ਮੰਗ ਹੈ, ਸੁੱਖ ਵਾਸਤੇ ਆਏ। ਸੋ ਇਹ ਮੰਗ ਹੁਣ ਤੁਸੀਂ ਲੈਣੀ ਕਿੱਥੋਂ ਹੈ? ਇਹ ਮੰਗ ਮਿਲੇਗੀ ਕਿੱਥੋਂ? ਹਮੇਸ਼ਾ ਤੋਂ ਹਮੇਸ਼ਾ ਸੁੱਖ ਦੀ ਮੰਗ ਰਹਿੰਦੀ, ਲੈਣੀ ਕਿੱਥੋਂ? ਪਰ ਕਹਿੰਦੇ ਨੇ ਜੋ ਸੁੱਖ ਕੋ ਚਾਹੇ ਸਦਾ, ਕਿੱਥੇ ਜਾਵੇ?
ਸਰਨ ਰਾਮ ਕੀ ਲੈ, ਪਰਮਾਤਮਾ ਦੇ ਚਰਨ 'ਚ ਲੈ ਕੇ ਇਹ ਮੰਗ ਮਿਲਦੀ ਹੈ। ਇਹ ਮੰਗ ਹੋ ਗਈ ਸੁੱਖ, ਇੱਕ ਮਾਂ ਇੱਕ ਹੈ ਗਿਆ ਦੁੱਖ, ਦੁੱਖ ਸੁੱਖ ਹੁੰਦਾ ਨਾ। ਇੱਕ ਵਾਰ ਹੋਰ ਗੱਲ ਹੁੰਦੀ ਹੈ ਇਸ ਤੋਂ ਅਗਲੀ ਗੱਲ, ਉਹ ਗੱਲ ਕੀ ਹੈ? ਆਨੰਦ। ਜਿਹਨੂੰ ਆਨੰਦ ਦੀ ਅਵਸਥਾ ਆ ਜਾਂਦੀ ਹੈ ਉਹਦੇ 'ਚ ਨਾ ਦੁੱਖ ਹੁੰਦਾ ਹੈ ਨਾ ਸੁੱਖ ਹੁੰਦਾ ਹੈ, ਨਾ ਭੁੱਖ ਹੁੰਦੀ ਹੈ ਨਾ ਤ੍ਰੇਹ ਹੁੰਦੀ ਹੈ, ਉਹ ਆਨੰਦ ਦੀ ਅਵਸਥਾ 'ਚ ਆ ਜਾਂਦਾ। ਫਿਰ ਆਨੰਦ ਕਿੱਥੋਂ ਲੈਣਾ? ਆਨੰਦ ਆਨੰਦ ਸਭ ਕੋ ਕਹੇ ਕਿੱਥੋਂ ਮਿਲੇਗਾ? ਆਨੰਦ ਗੁਰੂ 'ਤੇ ਜਾਂਦੇ, ਗੁਰੂ ਕੋਲੋਂ ਆਨੰਦ ਮਿਲਣਾ ਹੈ, ਗੁਰੂ ਚਰਨਾਂ 'ਚ ਬੈਠ ਕੇ ਆਨੰਦ ਮਿਲਣਾ ਹੈ। ਹੁਣ ਵੇਖੋ ਨਾ ਆਪਣੇ ਸਾਡੇ ਮਹਾਂਪੁਰਖ ਕੀਰਤਨ ਕਰ ਰਹੇ ਅਤੇ ਆਨੰਦ ਆ ਰਿਹਾ ਸੀ ਨਾ ਤੁਹਾਨੂੰ, ਉਹ ਗੁਰੂ ਚਰਨਾਂ 'ਚ ਬੈਠ ਕੇ ਆਨੰਦ ਮਿਲਦਾ। ਸੋ ਉਹ ਆਨੰਦ ਦੀ ਅਵਸਥਾ ਜਿਹੜੀ ਹੈ ਉਹ ਕਿਹਨੂੰ ਮਿਲੇਗੀ? ਜਦੋਂ ਰਾਮ ਦੀ ਸ਼ਰਨ 'ਚ ਜਾਵਾਂਗੇ, ਜਦੋਂ ਗੁਰੂ ਦੀ ਸ਼ਰਨ 'ਚ ਜਾਵਾਂਗੇ, ਗੁਰੂ ਨਾਮ ਦੀ ਬਖਸ਼ਿਸ਼ ਕਰੇਗਾ, ਫਿਰ ਅਵਸਥਾ ਇੱਥੇ ਤੱਕ ਆ ਜਾਂਦੀ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ, ਅੱਗੇ ਸੁੱਖ ਸੁਨੇਹ ਹਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੇ, ਫਿਰ ਮਿੱਟੀ ਨੂੰ ਅਤੇ ਸੋਨੇ ਨੂੰ ਬਰਾਬਰ ਸਮਝੇਗਾ, ਦੁੱਖ ਵਿੱਚ ਦੁੱਖ ਨਹੀਂ ਮੰਨੇਗਾ, ਸੁੱਖ ਵਿੱਚ ਸੁੱਖ ਨਹੀਂ ਮੰਨੇਗਾ। ਇਹ ਆਨੰਦ ਦੀ ਅਵਸਥਾ ਹੈ। ਜਦੋਂ ਤੁਸੀਂ ਹੁਣੇ ਸੁਣਿਆ ਹੈ ਉਹਨਾਂ ਨੇ ਇੱਕ ਧਾਰਮਿਕ ਗੀਤ ਗਾਇਆ ਹੈ, ਸਿੱਖਾਂ 'ਚੋਂ ਬਾਬਾ ਬੁੱਢਾ ਹੋਇਆ ਸਿੱਖ ਪਾਸ ਹੈ। ਪਾਸ ਕਿਵੇਂ ਹੋਇਆ? ਗੁਰੂ ਨਾਨਕ ਦੇਵ ਜੀ ਜਦੋਂ ਰਮਦਾਸ ਦੀ ਜੂ 'ਚ ਆਏ, ਜਿੱਥੋਂ ਅਸੀਂ ਆਏ ਹਾਂ ਰਮਦਾਸ ਤੋਂ, ਅਤੇ ਬਾਬਾ ਬੁੱਢਾ ਭਾਈ ਬੂੜਾ ਪਸ਼ੂ ਡੰਗਰ ਚਾਰਦਾ ਪਿਆ ਸੀ। ਜਦੋਂ ਉਹਨਾਂ ਨੇ ਕੀਰਤਨ ਕੀਤਾ ਜਿੰਨੇ ਬੱਚੇ ਸੀ ਸਾਰੇ ਉੱਥੇ ਚਲੇ ਗਏ। ਜਦੋਂ ਕੀਰਤਨ ਸੁਣਿਆ ਆਨੰਦ ਆ ਗਿਆ, ਆਨੰਦ ਆ ਗਿਆ ਨਾ, ਦੁੱਖ ਵੀ ਭੁੱਲ ਗਿਆ, ਸੋਵੇ ਡੰਗਰ ਚਾਰਦੇ ਵੀ ਭੁੱਲ ਗਏ। ਅਤੇ ਡੰਗਰਾਂ ਨੇ ਕੀ ਕੀਤਾ? ਉਹ ਇੱਕ ਖੇਤ 'ਚ ਵੜ ਕੇ ਖੇਤ ਖਰਾਬ ਕਰਕੇ ਰੱਖ ਦਿੱਤਾ। ਅਤੇ ਜਦੋਂ ਗੁਰੂ ਨਾਨਕ ਜੀ ਨੇ ਕੀਰਤਨ ਦੀ ਸਮਾਪਤੀ ਕੀਤੀ, ਕਹਿੰਦੇ ਬੱਚਿਆਂ ਬਾਲ ਕਹਿੰਦੇ ਬਾਲਕੋ ਕਿੱਥੋਂ ਆਏ ਹੋ? ਸਾਰੇ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗ ਪਏ। ਭਾਈ ਬੂੜਾ ਜੀ ਉੱਠੇ, ਕਹਿੰਦੇ ਲਾਗੇ ਮੰਦਰ ਵਾਲਾ ਪਿੰਡ ਹੈ, ਉੱਥੋਂ ਆਏ ਹਾਂ, ਜਨਮ ਸਾਡਾ ਕਿੱਥੋਂ ਨੰਗਲਦਾ ਹੈ? ਉੱਥੇ ਔੜ ਲੱਗ ਗਈ, ਮੀਂਹ ਨਹੀਂ ਪਏ, ਉਹਦੇ ਕਰਕੇ ਇੱਥੇ ਦਰਿਆ ਵਗਦਾ ਸੀ, ਇੱਥੇ ਆ ਗਏ ਹੁਣ ਸਾਰੇ ਜਾਣੇ। ਅਸੀਂ ਹਿੰਦੂ ਮੁਸਲਮਾਨ ਇਕੱਠੇ ਇੱਥੇ ਡੰਗਰ ਚਾਰਦੇ ਹਾਂ, ਇਕੱਠੇ ਹੀ ਰਹਿੰਦੇ ਹਾਂ ਇਸ ਪਿੰਡ 'ਚ। ਬਾਕੀ ਬੱਚੇ ਤਾਂ ਚਲੇ ਗਏ, ਭਾਈ ਬੂੜਾ ਬੈਠਾ ਗਿਆ। ਮਹਾਰਾਜ ਨੇ ਕਿਹਾ ਭਾਈ ਤੂੰ ਬੈਠਾ? ਕਹਿੰਦਾ ਮਹਾਰਾਜ ਬਸ ਮੈਂ ਬੈਠ ਗਿਆ, ਵੀ ਮਨੁੱਖਾ ਜਨਮ ਮਿਲਿਆ ਹੈ, ਇਹਨੂੰ ਸਫਲ ਕਿਵੇਂ ਕਰਨਾ? ਮਨੁੱਖਾ ਜਨਮ ਕਿਹੜੇ ਕੰਮ ਵਾਸਤੇ ਮਿਲਿਆ? ਭਾਈ ਪ੍ਰਾਪਤ ਅੱਗੇ ਕਿ ਇਹ ਤੇਰੀ ਮਰੀ ਹੈ, ਪਰਮਾਤਮਾ ਨੂੰ ਮਿਲਣ ਵਾਸਤੇ ਮਨੁੱਖਾ ਜਨਮ ਮਿਲਿਆ। ਅਗਲੀ ਤੁੱਕ ਪੜ੍ਹੋ, ਅਵਰ ਕਾਜ ਸਾਹ ਸੰਗਤ ਭੱਜ ਕੇ ਵਾਲੀ, ਬਸ ਪਰਮਾਤਮਾ ਦਾ ਨਾਮ ਜਪਣ ਵਾਸਤੇ ਮਨੁੱਖਾ ਜਨਮ ਮਿਲਿਆ ਹੈ। ਹੁਣ ਗਾਂ ਦੀ ਅਸੀਂ ਇੰਨੀ ਇੱਜ਼ਤ ਕਰਦੇ ਹਾਂ, ਗਾਂ ਨੂੰ ਮਾਤਾ ਵੀ ਕਹਿੰਦੇ ਹਾਂ, ਅਤੇ ਗਾਂ ਨੂੰ ਇੱਥੇ ਬਿਠਾਓਗੇ ਲਿਆ ਕੇ? ਹਾਲੀ ਉਹਨੂੰ ਮਾਂ ਕਹਿੰਦੇ ਹਾਂ, ਨਹੀਂ ਬਿਠਾਵਾਂਗੇ। ਗਾਂ ਦੀ ਹਰ ਚੀਜ਼ ਪੁੱਤਰ ਮੰਨੀ ਗਈ ਹੈ, ਦੁੱਧ ਵੀ, ਮੱਖਣ ਵੀ, ਦਹੀਂ ਵੀ, ਲੱਸੀ ਵੀ, ਇੱਥੋਂ ਤੱਕ ਵੀ ਗਾਂ ਦਾ ਪਿਸ਼ਾਬ ਵੀ ਪੁੱਤਰ ਮੰਨਿਆ ਗਿਆ। ਕਈਆਂ ਨੂੰ ਦੇ ਕੇ ਵੇਖਿਆ ਬੜਾ ਆਰਾਮ ਆ ਜਾਂਦਾ, ਪਰ ਇੱਕ ਚੀਜ਼ ਗਾਂ ਦੀ ਪੁੱਤਰ ਨਹੀਂ ਹੈਗੀ, ਅੱਗੇ ਗਾਂ ਦਾ ਮਾਸ, ਉਹ ਪੁੱਤਰ ਨਹੀਂ ਹੈਗਾ। ਤਾਂ ਗਾਂ ਦਾ ਮਾਸ ਖਾਣ ਦੀ ਮਨਾਹੀ ਕੀਤੀ ਜਾਂਦੀ, ਜਿੰਨੇ ਟੌਕਸਿਨਸ ਨੇ ਸਾਰੇ ਉਹਦੇ ਮਾਸ ਚਲੇ ਜਾਂਦੇ ਹਨ। ਪਿੱਛੇ ਨਾ ਇੱਕ ਆਇਆ ਸੀ ਕਾਓ ਮੈਡ ਹੋ ਗਿਆ, ਬਿਮਾਰੀ ਚੱਲੀ ਹੈ, ਉਹ ਗਾਂ ਦਾ ਮਾਸ ਖਾ ਖਾ ਕੇ ਬੰਦੇ ਬਿਮਾਰ ਹੁੰਦੇ ਹੈ। ਕਿਉਂ? ਕਿਉਂਕਿ ਉਹਦੇ 'ਚ ਸਾਰੇ ਟੌਕਸਿਨ ਚਲੇ ਜਾਂਦੇ ਨੇ। ਤਾਂ ਗਾਂ ਦਾ ਮਾਸ ਖਾਣ ਦੀ ਮਨਾਹੀ ਕੀਤੀ। ਸਾਡੇ ਰਿਸ਼ੀ ਮੁਨੀ ਸਨ, ਬਹੁਤ ਸਿਆਣੇ ਸਨ, ਗਾਂ ਨਹੀਂ ਨਾ ਬੈਠ ਸਕਦੀ ਇੱਥੇ ਆ ਕੇ, ਕਿਉਂ? ਉਹਦਾ ਮਨੁੱਖਾ ਜਨਮ ਨਹੀਂ ਉਹਦੇ ਕੋਲ। ਸਤਸੰਗ ਦੇ ਵਿੱਚ ਮਨੁੱਖ ਜਨਮ ਦੇ ਵਿੱਚ ਆ ਕੇ ਤੁਸੀਂ ਨਾਮ ਜਪੋਗੇ, ਮਨੁੱਖ ਜਨਮ 'ਚ ਆ ਕੇ ਤੁਸੀਂ ਸਤਸੰਗ 'ਚ ਬੈਠੋਗੇ, ਹੋਰ ਕਿਸੇ ਵੀ ਯਾਨੀ ਕਿ ਸਰੀਰ ਦੇ ਵਿੱਚ ਆ ਕੇ ਤੁਸੀਂ ਨਹੀਂ ਕਰ ਸਕਦੇ। ਹੁਣ ਅੰਮ੍ਰਿਤ ਵੇਲਾ ਕੀ ਹੈ? ਅੰਮ੍ਰਿਤ ਵੇਲਾ ਕਿਹਨੂੰ ਕਹਾਂਗੇ? ਅੰਮ੍ਰਿਤ ਵੇਲਾ ਕੀ ਹੈ ਦੱਸੋ? ਬਬੀਹਾ ਅੰਮ੍ਰਿਤ ਵੇਲੇ ਬੋਲਿਆ, ਤਾਂ ਦਰ ਸੁਣੀ ਪਕਾ।
ਕਬੀ ਵੀ ਅੰਮ੍ਰਿਤ ਵੇਲੇ ਬੋਲਦਾ ਅੱਗੋਂ ਪਿੱਛੋਂ ਨਹੀਂ ਬੋਲ ਸਕਦਾ ਕਹਿੰਦੇ ਦੂਜੀ ਅਰਥ ਕਰੋ ਅੱਗੋਂ ਪਿੱਛੋਂ ਕਿਉਂ ਨਹੀਂ ਬੋਲਦਾ ਅੰਮ੍ਰਿਤ ਵੇਲੇ ਕਿਉਂ ਬੋਲਦਾ ਮਹਾਂਪੁਰਖਾਂ ਨੇ ਬਖਸ਼ਿਸ਼ ਕੀਤੀ ਕਹਿੰਦੇ ਬਬੀਹਾ ਜੀਵ ਰੂਪੀ ਆਤਮਾ ਅੰਮ੍ਰਿਤ ਵੇਲੇ ਕਿੱਥੇ ਬੋਲੀ ਅੰਮ੍ਰਿਤ ਵੇਲੇ ਕਹਾਂਗੇ ਮੁੱਖਾ ਸਰੀਰ ਮੁੱਖਾ ਸਰੀਰ ਦੇ ਵਿੱਚ ਆ ਕੇ ਬੋਲੀ ਤਾਂ ਅੰਮ੍ਰਿਤ ਵੇਲਾ ਬਣਿਆ ਮਨੁੱਖ ਅੰਮ੍ਰਿਤ ਵੇਲਾ ਹੈ ਮਨੁੱਖਾ ਸਰੀਰ ਹੀ ਅੰਮ੍ਰਿਤ ਵੇਲਾ ਹੈ ਤੁਸੀਂ ਜਪਜੀ ਸਾਹਿਬ ਵੀ ਰੋਜ਼ ਪੜ੍ਹਦੇ ਹੋ ਨਾ ਗਾ ਵੀ ਅੰਮ੍ਰਿਤ ਵੇਲਾ ਕੀ ਮਤਲਬ ਸਿੱਧੇ ਅਰਥ ਕਰੋ ਵੀ ਅੰਮ੍ਰਿਤ ਵੇਲੇ ਉੱਠ ਕੇ ਸਵੇਰੇ ਸਵੇਰੇ ਉੱਠ ਕੇ ਪਰਮਾਤਮਾ ਦਾ ਨਾਮ ਜਪਣਾ ਉਹਨੂੰ ਅੰਮ੍ਰਿਤ ਵੇਲਾ ਕਿਹਾ ਗਿਆ ਦੇਖੋ ਜਿਹੜੇ ਸੰਤਾਂ ਕੋਲ ਮੈਂ ਆਪਣਾ ਕਹਿੰਦੇ ਵੀ ਗੁਰਬਾਣੀ ਦੇ ਤਿੰਨ ਅਰਥ ਹੁੰਦੇ ਨੇ ਇੱਕ ਬਾਹਰੀ ਅਰਥ ਇੱਕ ਅਨੁਭਵੀ ਅਰਥ ਇੱਕ ਅੰਤਰੀਵ ਅਰਥ ਜਿਹਨੂੰ ਸੱਚੇ ਦਾ ਨਾਂ ਲਵਾਂਗੇ ਉਹ ਅੰਮ੍ਰਿਤ ਵੇਲਾ ਹੀ ਬਣ ਜਾਏਗਾ ਹੁਣ ਇਹ ਵੇਲੇ ਅੰਮ੍ਰਿਤ ਵੇਲਾ ਬਣਿਆ ਹੋਇਆ ਅਤੇ ਇਹ ਅੰਮ੍ਰਿਤ ਵੇਲਾ ਕਿਦੋਂ ਬਣ ਸਕਦਾ ਹੈ ਅੰਮ੍ਰਿਤ ਵੇਲਾ ਕਿਹੜਾ ਆ ਗਿਆ ਮਨੁੱਖਾ ਸਰੀਰ ਅੰਮ੍ਰਿਤ ਵੇਲਾ ਮਨੁੱਖੇ ਸਰੀਰ ਦੇ ਵਿੱਚ ਆ ਕੇ ਸੱਚ ਨਾਉ ਉਹਦੀ ਵਡਿਆਈ ਦੀ ਵਿਚਾਰ ਉਹਦੇ ਸੱਚੇ ਦਾ ਨਾਮ ਮਨੁੱਖਾ ਜਨਮ ਦੇ ਵਿੱਚ ਹੀ ਲਿਆ ਜਾ ਸਕਦਾ ਪਹਿਲੀ ਮਨੁੱਖਾ ਸਰੀਰ ਜਿਹੜਾ ਕੀ ਹੈ ਅੰਮ੍ਰਿਤ ਵੇਲਾ ਹੈ ਅੰਮ੍ਰਿਤ ਵੇਲਾ ਤਾਂ ਹੀ ਬਣੇਗਾ ਜੇ ਮਨੁੱਖਾ ਸਰੀਰ ਬਣੇਗਾ ਅਤੇ ਮਨੁੱਖਾ ਸਰੀਰ ਹੀ ਸਾਡਾ ਅੰਮ੍ਰਿਤ ਵੇਲਾ ਹੈ ਅਸਲੀ ਅੰਮ੍ਰਿਤ ਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂਦਰ ਸੁਣੀ ਪੁਕਾਰ ਮਨੁੱਖਾ ਸਰੀਰ ਦੇ ਵਿੱਚ ਆ ਕੇ ਮਨੁੱਖਾ ਸਰੀਰ ਕੀ ਅੰਮ੍ਰਿਤ ਵੇਲਾ ਜਿਹਨਾਂ ਵਿੱਚ ਆ ਕੇ ਬੋਲਿਆ ਪਰਮਾਤਮਾ ਦਰ ਤੇ ਪੁਕਾਰ ਸੁਣੀ ਗਈ ਅੱਗੇ ਕੀ ਹੋਇਆ ਮੇਘੇ ਨੂੰ ਫਰਮਾਨ ਹੋਵਾ ਬਰਸੋ ਕਿਰਪਾ ਧਾਰ ਕਿਉਂਕਿ ਸਵਾਤੀ ਬੂੰਦ ਚਾਹੀਦੀ ਹੁੰਦੀ ਇਹਨਾਂ ਨੂੰ ਮੇਘ ਫਿਰ ਮੇਘ ਤੇ ਹੋਇਆ ਬੱਦਲ ਇੱਥੇ ਮੇਘ ਕਿਹੜੇ ਆ ਗਏ ਸਾਧੂ ਮਹਾਤਮਾ ਉਹਨਾਂ ਨੂੰ ਫਰਮਾਨ ਜਾਰੀ ਕਰ ਦਿੱਤਾ ਗਿਆ ਕਿਰਪਾ ਕਰੋ ਗਿਆਨ ਰੂਪੀ ਵਰਖਾ ਇਹਨਾਂ ਦੇ ਮਨਾਂ 'ਤੇ ਕਰੋ ਤਾਂ ਕਿ ਜਿਹੜਾ ਮੁੱਖਾ ਸੀਰ ਮਿਲਿਆ ਇਹ ਸਫਲ ਹੋ ਸਕੇ ਜਿਹੜਾ ਅੰਮ੍ਰਿਤ ਵੇਲਾ ਆਇਆ ਇਹ ਸਾਂਭਿਆ ਜਾ ਸਕੇ ਹੁਣ ਕਹਿੰਦੇ ਅੰਮ੍ਰਿਤ ਵੇਲੇ ਨੂੰ ਸਾਂਭਵਾ ਦੇ ਤਾਂ ਮਨੁੱਖਾ ਸਰੀਰ ਨੂੰ ਸਾਂਭੋ ਇਹ ਤਾਂ ਇਹ ਤੰਦਰੁਸਤ ਰਹੇਗਾ ਮਨੁੱਖਾ ਸਰੀਰ ਤਾਂ ਹੀ ਗੱਲ ਬਣੇਗੀ ਜੇ ਮਨੁੱਖਾ ਤੰਦਰੁਸਤ ਲਈ ਨਾਮ ਵੀ ਨਹੀਂ ਜਪਿਆ ਜਾਂਦਾ ਹੁਣ ਕਦੀ ਤੁਸੀਂ ਨੋਟ ਕਰਿਓ ਅਸੀਂ ਕਈ ਸਿੱਖ ਪੁਰਬਤ ਕਰ ਦਿੰਦੇ ਉਸ ਗੱਲ ਦਾ ਇੱਕ ਵਰਤ ਰੱਖੇ ਜਾਂਦੇ ਨਰਾਤਿਆਂ 'ਚ ਨਰਾਤੇ ਦੋ ਟਾਈਮ ਆਉਂਦੇ ਸਾਲ 'ਚ ਪੰਜਾਬੀ 'ਚ ਕਹਿ ਦਿਉ ਅੱਸੂ 'ਚ ਅਤੇ ਫਿਰ ਚੇਤਰ 'ਚ ਸਪਟੈਂਬਰ 'ਚ ਅਤੇ ਫਿਰ ਮਾਰਚ ਵਿੱਚ ਦੋ ਵਾਰੀ ਆਉਂਦੇ ਨੇ ਉਹ ਨੌ ਨਰਾਤੇ ਹੁੰਦੇ ਨੌ ਦਿਨ ਕਹਿੰਦਾ ਵਰਤ ਰੱਖਣਾ ਹੁੰਦਾ ਕਿਉਂ ਵਰਤ ਕਿਉਂ ਰਖਾਇਆ ਗਿਆ ਵਰਤ ਰੱਖਣਾ ਰੱਬ ਨਹੀਂ ਮਿਲਦਾ ਪਰ ਰੱਬ ਨੂੰ ਮਿਲਣ ਲਈ ਵਰਤ ਰੱਖਣਾ ਜ਼ਰੂਰੀ ਹੈ ਸਰੀਰ ਤੰਦਰੁਸਤ ਰਹੇਗਾ ਤਾਂ ਤੁਸੀਂ ਪਰਮਾਤਮਾ ਨੂੰ ਮਿਲੋਗੇ ਉਹਨੇ ਕਿਵੇਂ ਮਿਲ ਸਕਦੇ ਹੁਣ ਗਰਮੀਆਂ ਬੀਤੀਆਂ ਨੇ ਗਰਮੀ ਸਾਡੀ ਖੁਰਾਕ ਹੋਰ ਸੀ ਸਬਜ਼ੀਆਂ ਹੋਰ ਸੀ ਬਾਕੀ ਚੀਜ਼ਾਂ ਹੋਰ ਸੀ ਫਲ ਫਰੂਟ ਹੋਰ ਸੀ ਹੁਣ ਸਰਦੀਆਂ ਸਾਡੀ ਖੁਰਾਕ ਬਦਲ ਜਾਣੀ ਹੈ ਫਲ ਫਰੂਟ ਵੀ ਬਦਲ ਜਾਣੇ ਸਬਜ਼ੀਆਂ ਵੀ ਬਦਲ ਜਾਣੀਆਂ ਬਦਲ ਜਾਣਾ ਨਾ ਸਭ ਕੁਛ ਹੁਣ ਤੁਸੀਂ ਇੱਕ ਪਤੀਲੇ ਦੇ ਵਿੱਚ ਤੁਸੀਂ ਸ਼ਰਬਤ ਬਣਾਇਆ ਜੇ ਉਹਦੇ 'ਚ ਦਾਲ ਬਣਾਉਣੀ ਹੋਏ ਕੀ ਕਰੋਗੇ ਉਹਨੂੰ ਧੋਵੋਗੇ ਕਿ ਜਾਂ ਉਸੇ ਤਰ੍ਹਾਂ ਬਣਾ ਦੋਗੇ ਧੋਵਾਂਗੇ ਨਾ ਫਿਰ ਉਹਨੂੰ ਸਾਫ਼ ਕਰਾਂਗੇ ਫਿਰ ਦਾਲ ਬਣ ਜਾਏ ਉਸੇ ਬਣਾਵਾਂਗੇ ਦਾਲ ਖਰਾਬ ਹੋ ਜਾਏਗੀ ਸਵਾਦ ਨਹੀਂ ਬਣੇਗੀ ਇਸੇ ਤਰ੍ਹਾਂ ਜਿਹੜਾ ਸਾਡਾ ਸਰੀਰ ਰੂਪੀ ਭਾਂਡਾ ਹੈ ਨੌ ਦਿਨ ਵਰਤ ਰੱਖ ਕੇ ਅਸੀਂ ਉਹਨੂੰ ਧੋਣਾ ਹੈ ਤਾਂ ਕਿ ਅਗਲੀ ਖੁਰਾਕ ਪਾਉਣ ਵਾਸਤੇ ਹੁਣ ਸਰਦੀਆਂ ਦੀ ਖੁਰਾਕ ਆ ਗਈ ਇਹਦੇ ਬਾਅਦ ਨਰਾਤੇ ਆਉਣਗੇ ਮਾਰਚ ਦੇ ਮਹੀਨੇ 'ਚ 17-18 ਮਾਰਚ ਨੂੰ ਸ਼ੁਰੂ ਹੋਣਗੇ ਉਹਦੇ ਬਾਅਦ ਗਰਮੀ ਸ਼ੁਰੂ ਹੋ ਜਾਏਗੀ ਕਿਉਂਕਿ ਸਾਡੀ ਜਿਹੜੀ ਸਰਦੀਆਂ ਦੀ ਖੁਰਾਕ ਮੌਕੇ ਫਿਰ ਗਰਮੀਆਂ ਦੇ ਫਲ ਫਰੂਟ ਗਰਮੀਆਂ ਦੀਆਂ ਸਬਜ਼ੀਆਂ ਆ ਜਾਣਗੀਆਂ ਉਹਨੂੰ ਫਿਰ ਭਾਂਡੇ ਨੂੰ ਧੋਣਾ ਇਹ ਤੰਦਰੁਸਤ ਰਹਿੰਦਾ ਸਰੀਰ ਮੈਂ ਕਿਤਾਬ ਪੜ੍ਹੀ ਸੀ ਉਹਦੇ 'ਚ ਲਿਖਿਆ ਸੀ ਵੀ ਜੇ ਬੰਦਾ ਬਿਮਾਰ ਹੋਵੇ ਨਾ ਵਰਤ ਰੱਖ ਲਵੇ ਕੁਛ ਨਾ ਖਾਵੇ ਬੰਦਾ ਸਰੀਰ ਹੋ ਜਾਏ ਮੈਂ ਕਰਕੇ ਵੇਖਿਆ ਆਪਣੇ ਆਪ 'ਤੇ ਕਰਕੇ ਵੇਖਿਆ ਕਈ ਸੰਗਤਾਂ ਨੂੰ ਕਹਿ ਕੇ ਵੇਖਿਆ ਮੈਂ ਇਟਲੀ ਗਿਆ ਉਹ ਕਹਿੰਦੀ ਮੈਡਮ ਤੂੰ 9 ਦਿਨ ਨਾ ਰੋਟੀ ਨਾ ਖਾਈ ਖਾਣਾ ਕੀ ਆ ਉਬਲੀਆਂ ਸਬਜ਼ੀਆਂ ਅਤੇ ਫਰੂਟ ਹੋਰ ਕੁਛ ਨਹੀਂ ਖਾਣਾ ਲੂਣ ਵੀ ਨਹੀਂ ਪਾਉਣਾ ਵਿੱਚ ਅਸਲੀ ਵਰਤ 'ਤੇ ਆਏ
ਪਰ ਅੱਜ ਕੱਲ੍ਹ ਦੇ ਵਰਤੀ ਦੂਜਾ ਆਉਂਦਾ, ਪੂੜੀਆਂ ਕੱਢ ਲਓ, ਪਕੌੜੇ ਬਣਾ ਲਓ। ਮੈਂ ਜਾ ਰਿਹਾ ਸੀ, ਵਰਤਾਂ ਦੇ ਦਿਨ ਚੱਲ ਰਹੇ ਸੀ, ਗੱਡੀ 'ਚ ਬੈਠਾ ਮੈਂ ਜਾ ਰਿਹਾ ਸੀ ਅਤੇ ਰੇਡੀਓ ਲਾਇਆ, ਉਹਦੇ 'ਚ ਵਰਤ ਬਾਰੇ ਦੱਸ ਰਹੇ ਸੀ। ਉਹ ਕਹਿੰਦੇ ਤੁਸੀਂ ਪੂੜੀਆਂ ਬਣਾ ਲਿਓ, ਤੁਸੀਂ ਪਕੌੜੇ ਕੱਢ ਲਿਓ, ਤੁਸੀਂ ਆਹ ਕਰ ਲਿਓ। ਉਹ ਜਿਹੜਾ ਡਰਾਈਵਰ ਡਰਾਈਵ ਕਰ ਰਿਹਾ ਸੀ ਨਾ ਗੱਡੀ, ਵਿੱਕੀ ਕਹਿੰਦਾ ਜੀ ਇਹ ਵਰਤ ਰੱਖਿਆ ਕਿ ਵਿਆਹ ਰੱਖਿਆ? ਕਹਿੰਦੇ ਸਾਰੇ ਵਿਆਹ 'ਚ ਵੀ ਇੰਨਾ ਬੰਦਾ ਨਹੀਂ ਖਾਂਦਾ ਜਿੰਨਾ ਵਰਤ 'ਚ ਖਾਂਦੇ। ਅਸਲੀ ਹੈਗਾ ਉਬਲੀਆਂ ਸਬਜ਼ੀਆਂ ਅਤੇ ਫਰੂਟ ਖਾਂਦਾ ਜਾ, ਅਤੇ ਕਦੇ 9 ਦਿਨ ਰੱਖ ਕੇ ਵੇਖਿਓ, ਸਾਡੀਆਂ ਤੁਹਾਡੀਆਂ ਸਾਰੀਆਂ ਸਰੀਰ ਨੂੰ ਮੌਕਾ ਨਹੀਂ ਦਿੰਦੇ ਬਿਮਾਰੀਆਂ ਬਾਹਰ ਕੱਢਣ ਦਾ, ਸਾਰੀਆਂ ਬਿਮਾਰੀਆਂ ਬਾਹਰ ਨਿਕਲ ਜਾਂਦੀਆਂ। ਸੋ ਬਾਬਾ ਬੁੱਢਾ ਸਾਹਿਬ ਨੇ ਕਿਹਾ ਮਹਾਰਾਜ ਮਨੁੱਖਾ ਜਨਮ ਮਿਲਿਆ ਹੈ। ਕਹਿੰਦੇ ਤੂੰ ਵੀ ਤੁਹਾਡੀ ਉਮਰ ਛੋਟੀ ਹੈ? ਕਹਿੰਦਾ ਮਹਾਰਾਜ ਜਦੋਂ ਮੇਰੀ ਮਾਂ ਅੱਗ ਬਾਲਦੀ ਹੈ ਨਾ, ਉਦੋਂ ਚੁੱਲ੍ਹੇ ਉਦੋਂ ਗੈਸ ਚੁੱਲ੍ਹੇ ਨਹੀਂ ਸੀ ਹੁੰਦੇ, ਲੱਕੜਾਂ ਦੇ ਚੁੱਲ੍ਹੇ ਹੁੰਦੇ, ਅੱਗ ਬਾਲਦੀ ਛੋਟੀਆਂ ਲੱਕੜਾਂ ਨੂੰ ਪਹਿਲਾਂ ਅੱਗ ਲੱਗ ਜਾਂਦੀ ਹੈ। ਅਤੇ ਸਾਡਾ ਕੀ ਪਤਾ ਛੋਟੇ ਬੱਚੇ ਨੂੰ ਮੌਤ ਪਹਿਲਾਂ ਹੀ ਲਾਇਆ ਜੇ ਮੁਰਖਾ ਜਨਮ ਜਾਏਗੀ। ਕਹਿੰਦੇ ਚੰਗਾ ਕੱਲ੍ਹ ਆਈ। ਭਾਈ ਬਾਲੇ ਨੇ ਕਿਹਾ ਮਹਾਰਾਜ ਤੁਸੀਂ ਬਾਲਕ ਨਾਲ ਬੜੀਆਂ ਹੀ ਅੱਜ ਬਚਨ ਬਿਲਾਸ ਕੀਤੇ ਨੇ, ਅੱਜ ਤੱਕ ਕਦੀ ਕੀਤੇ ਨਹੀਂ ਇੰਨੇ ਤੁਸੀਂ। ਉਹ ਕਹਿੰਦੇ ਉਹਦੇ 'ਚ ਬੱਤੀ ਵੀ ਹੈ, ਤੇਲ ਵੀ ਹੈ, ਬਸ ਜਗਾਉਣ ਦੀ ਲੋੜ ਹੈ। ਕਹਿੰਦੇ ਕਿਨੂੰ ਜਗਾਓਗੇ? ਕਹਿੰਦੇ ਕੱਲ੍ਹ ਜਗਾ ਦੇਣੀ ਹੈ। ਕਹਿੰਦੇ ਕੌਣ ਵੇਖੇਗਾ? ਕਹਿੰਦੇ ਕੋਟ ਬ੍ਰਹਿਮੰਡ ਵੇਖਣਗੇ। ਜਗੇ ਜੀ ਕਿੰਨਾ ਚਿਰ? ਮੈਂ ਕਹਿੰਦਾ ਨਾਮ ਦੇ ਰੇ ਕੀ ਜੋਤ ਲਗਾਈ, ਪਰਮਾਤਮਾ ਨਾਮ ਦੀ ਜੋਤ ਲੱਗਣੀ ਹੈ, ਉਹਨਾਂ ਚਿਰ ਜਗ ਜਿੰਨੇ ਪਰਮਾਤਮਾ। ਪਰਮਾਤਮਾ ਤਾਂ ਕਿਤੇ ਨਹੀਂ ਜਾਣਾ, ਸਾਰੀ ਦੁਨੀਆ ਮਰ ਜੀ, ਪਰਮਾਤਮਾ ਤਾਂ ਮਰਨਾ ਹੀ ਨਹੀਂ ਕਦੀ ਵੀ, ਨਾ ਉਹਨੇ ਜੰਮਣਾ ਨਾ ਉਹਨੇ ਮਰਨਾ, ਜਿਹੜਾ ਜੰਮੇਗਾ ਉਹ ਹੀ ਮਰੇਗਾ। ਕਹਿੰਦੇ ਉਹਦੇ ਨਾਂ ਦੀ ਜੋਤ ਲੱਗ ਜਾਣੀ। ਅਗਲੇ ਦਿਨ ਜਦੋਂ ਭਾਈ ਬੂੜਾ ਆਇਆ, ਦੁੱਧ ਲੈ ਕੇ ਆਇਆ, ਗੁਰੂ ਚਰਨਾਂ 'ਚ ਰੱਖਿਆ, ਕਹਿੰਦਾ ਮਹਾਰਾਜ ਕੱਲ੍ਹ ਇੱਕ ਡਰ ਸੀ, ਅੱਜ ਦੋ ਡਰ ਹੋ ਗਏ। ਕਹਿੰਦਾ ਦੂਜਾ ਡਰ ਕੀ ਹੋ ਗਿਆ? ਕਹਿੰਦਾ ਕੱਲ੍ਹ ਜਦੋਂ ਅਸੀਂ ਤੁਹਾਡੇ ਕੋਲ ਬੈਠੇ ਸਾਂ, ਉਹ ਡੰਗਰ ਜਿਹੜੇ ਮੇਰੇ ਪਸ਼ੂ ਸਨ, ਇੱਕ ਮੁਸਲਮਾਨ ਦੀ ਪੈਲੀ 'ਚ ਖੇਤ 'ਚ ਚਲੇ ਗਏ, ਖੇਤ ਖਰਾਬ ਕਰਤਾ। ਮੁਸਲਮਾਨ ਬੜਾ ਕੌੜੇ ਸੁਭਾਅ ਦਾ, ਰਾਜ ਵੀ ਮੁਸਲਮਾਨਾਂ ਦਾ, ਸੁਭਾਅ ਵੀ ਉਹਦਾ ਕੌੜਾ ਹੈ। ਅਤੇ ਜਿਹੜਾ ਮੇਰਾ ਪਿਤਾ ਵੀ ਕੌੜੇ ਸੁਭਾਅ ਦਾ। ਕਹਿੰਦੇ ਫਿਰ? ਕਹਿੰਦੇ ਹੁਣ ਮੈਨੂੰ ਮਾਰੇਗਾ ਕੁੱਟੇਗਾ? ਕਹਿੰਦੇ ਅੱਛਾ। ਦੂਰੋਂ ਇੱਕ ਦੋ ਬੰਦੇ ਤੁਰ ਜਾਂਦੇ, ਕਹਿੰਦੇ ਉਹ ਭਾਈ ਬੂੜਿਆ ਕੌਣ ਆ ਰਿਹਾ? ਬਾਲਕ ਬੂੜਿਆ ਕੌਣ? ਕਹਿੰਦੇ ਜੋ ਮੇਰਾ ਪਿਤਾ ਦੇ ਉਹ ਮੁਸਲਮਾਨ ਆ ਰਹੇ, ਉਹਨੇ ਲਾ ਦਿੱਤੀ ਸ਼ਿਕਾਇਤ, ਬਸ ਆ ਗਏ ਹੁਣ। ਕਹਿੰਦੇ ਹੁਣ? ਕਹਿੰਦਾ ਮਾਰੇਗਾ ਕੁੱਟੇਗਾ? ਮੈਨੂੰ ਮਾਰ ਪਏਗੀ ਮੈਨੂੰ ਪਿਓ ਕੋਲੋਂ, ਵੀ ਤੂੰ ਕੀ ਕਰਦਾ ਰਿਹਾ? ਤੂੰ ਡੰਗਰ ਚਾਰਨ ਭੇਜਿਆ ਸੀ ਕਿ ਜਾਂ ਸੰਤਾਂ ਕੋਲ ਬੈਠ ਕੇ ਦੁੱਧ ਪਿਲਾਉਣ ਲਈ ਭੇਜਿਆ ਸੀ? ਉਹ ਕਹਿੰਦੇ ਚੰਗਾ ਭਾਈ ਬੂੜਿਆ, ਤੈਨੂੰ ਅੱਜ ਤੇਰੇ ਪਿਓ ਦੀ ਮਾਰ ਤੋਂ ਬਚਾ ਲਈਏ। ਕਹਿੰਦਾ ਸੱਚੇ ਪਾਤਸ਼ਾਹ ਜੇ ਕਿਰਪਾ ਕਰਨ ਲੱਗੇ ਹੋ ਨਾ, ਪਿਓ ਦੀ ਮਾਰ ਤੋਂ ਬਚਾਉਣ ਦੀ ਲੋੜ ਨਹੀਂ, ਇੱਕ ਨਾ ਮਾਰੋ, ਦੋ ਮਾਰੋ, ਦੋਨਾਂ ਨੂੰ ਚਾਰ ਮਾਰ ਦਿਓ, ਮਾਰ ਤਾਂ ਦੇਣ ਨਹੀਂ ਲੱਗਾ। ਫਿਰ ਕਹਿੰਦੇ ਜੇ ਬਚਾਉਣਾ ਤਾਂ ਮੈਨੂੰ ਜਮਾਂ ਦੀ ਮਾਰ ਤੋਂ ਬਚਾਓ। ਕਹਿੰਦੇ ਤੂੰ ਤਾਂ ਹੈ ਤਾਂ ਬਾਲਕ ਹੈ, ਪਰ ਗੱਲਾਂ ਤੇਰੀਆਂ ਬਾਬੇ ਬੁੱਢੇ ਵਾਲੀਆਂ, ਤੂੰ ਤਾਂ ਬਾਬਾ ਬੁੱਢਾ ਹੈ। ਉਸ ਦਿਨ ਤੋਂ ਉਹਨਾਂ ਦਾ ਨਾਂ ਪੈ ਗਿਆ ਬਾਬਾ ਬੁੱਢਾ ਸਾਹਿਬ, ਗੁਰੂ ਨਾਨਕ ਦੇਵ ਜੀ ਨੇ ਰੱਖਿਆ। ਉਹਨੇ ਚਿਰ 'ਚ ਪਿਤਾ ਵੀ ਆ ਗਿਆ, ਮਾਂ ਵੀ ਮਗਰ ਭੱਜੀ ਆਈ ਵੀ ਕਿਤੇ ਪੁੱਤ ਨੂੰ ਕੁੱਟੇ ਨਾ ਜ਼ਿਆਦਾ। ਵੇਖੋ ਤੁਹਾਡੀ ਮਾਂ ਦੀ ਮਮਤਾ ਹੁੰਦੀ ਹੈ, ਮਮਤਾ ਹੁੰਦੀ ਨਾ, ਤੁਹਾਡੀ ਮਮਤਾ ਜ਼ਿਕਰ ਗੁਰੂ ਸਾਹਿਬ ਨੇ ਗੁਰਬਾਣੀ 'ਚ ਕੀਤਾ, ਕਿੰਨੀ ਮਮਤਾ ਹੁੰਦੀ ਪਤਾ ਤੁਹਾਨੂੰ? ਮਾਂ ਦੀ ਕਿੰਨੀ ਮਮਤਾ ਹੁੰਦੀ? ਮਾਰੇ ਕਹਿੰਦੇ ਨੇ ਸੁੱਤ ਅਪਰਾਧ ਕਰਤ ਹੈ ਜੇਤੇ, ਜੰਨੀ ਜੀਤ ਨਾ ਰਾਖਸ ਦੇਤੇ। ਪੁੱਤਰ ਜਿੰਨੇ ਮਰਜ਼ੀ ਅਪਰਾਧ ਕਰੇ, ਮਾਂ ਕਹਿੰਦੀ ਨਹੀਂ ਮੇਰਾ ਤਾਂ ਪੁੱਤ ਹੀ ਹੈ, ਸਾਰੀ ਦੁਨੀਆ ਕਿ ਤੇਰਾ ਪੁੱਤ ਗਲਤ ਹੋ ਗਿਆ ਕਿ ਨਿਆਣਾ ਮੇਰਾ ਪੁੱਤ ਹੈ ਕਹਿੰਦੇ ਹੋ ਤੁਸੀਂ ਮਾਵਾਂ ਬੈਠੀਆਂ। ਫਿਰ ਮਾਰਾ ਅਗਲੀ ਤੁਕ 'ਚ ਕਹਿੰਦੇ ਹੈ ਰਾਮ ਅਈਆ ਹੂੰ ਬਾਰਕ ਤੇਰਾ ਕਾਹੇ ਨਾ ਖੰਡ ਸਭ ਗੁਣ ਮੇਰਾ। ਮਾਰਾ ਅਸੀਂ ਤਾਂ ਤੇਰੇ ਪੁੱਤਰ ਹੀ ਹਾਂ। ਜੋ ਮਾਂ ਆਪਣੇ ਪੁੱਤਰਾਂ ਨੂੰ ਕੁਛ ਨਹੀਂ ਕਹਿੰਦੀ, ਮਮਤਾ ਵਿਖਾਉਂਦੀ, ਤੁਸੀਂ ਅੰਜੇ ਵਿਖਾਓ। ਅਗਲੀ ਤੁਕ ਦੇ ਵਿੱਚ ਮਹਾਰਾਜ ਨੇ ਨਾ ਕਮਾਲ ਕਰ ਦਿੱਤੀ ਮਮਤਾ ਦੀ, ਮਮਤਾ ਦੀ ਹੱਦ ਬੰਨੀ, ਬਸ ਗੱਲ ਹੀ ਕਰਤੀ, ਗਾਂ ਦੀ ਗੱਲ ਕਰਤੀ। ਮੈਂ ਕਹਿੰਦੇ ਜੇ ਅਤ ਕਰੋਪ ਕਰੇ ਕਰਤਾ ਆਇਆ ਤਾਂ ਵੀ ਚੀਤ ਨਾ ਰੱਖ ਸਮਾਇਆ। ਜੇ ਪੁੱਤਰ ਮਾਂ ਦੇ ਗੱਲ ਵੀ ਪੈ ਜੇ ਨਾ, ਫਿਰ ਵੀ ਕਹਿੰਦੀ ਨਹੀਂ ਮੇਰਾ ਪੁੱਤਰ ਹੀ ਕਰਦੀ ਆ ਨਾ, ਇਸ ਤਰ੍ਹਾਂ ਹੁੰਦਾ ਨਾ। ਇਸ ਤਰ੍ਹਾਂ ਮੈਂ ਕੈਨੇਡਾ ਗਿਆ, ਉੱਥੇ ਇੱਕ ਦੇ ਘਰ ਗਿਆ ਅਤੇ ਉਹ ਇੱਕ ਭਰਾ ਦੇ ਘਰ ਗਿਆ, ਦੂਜੇ ਭਰਾ 'ਚ ਉਹਦੇ ਮਾਂ ਪਿਓ ਆਏ,
ਉਹ ਪੁੱਤ ਵੱਡੇ ਪੁੱਤ ਨੇ ਕਿਤੇ ਲੜ ਪਏ ਤੇ ਮਾਂ ਨੂੰ ਜੁੱਤੀਆਂ ਮਾਰੀਆਂ, ਸੱਚਮੁੱਚ ਜੁੱਤੀਆਂ ਮਾਰੀਆਂ ਉਹਦੇ ਸਿਰ 'ਚ। ਪਿਓ ਆ ਕੇ ਕਹਿੰਦਾ ਮਹਾਰਾਜ ਅੱਜ ਤੋਂ ਬਾਅਦ ਮੈਂ ਉਸ ਪੁੱਤਰ ਨੂੰ ਨਹੀਂ ਮਿਲਣਾ, ਜਿਹੜਾ ਭਾਈ ਮਾਂ ਦੀ ਕਦਰ ਨਹੀਂ ਕਰਦਾ ਉਹਨੂੰ ਪੁੱਤਰ ਨੂੰ, ਇਹੋ ਜਿਹੇ ਪੁੱਤਰ ਨੂੰ ਮੈਂ ਮਿਲ ਕੇ ਕੀ ਕਰਨਾ, ਮਾਂ ਨੂੰ ਜੁੱਤੀਆਂ ਮਾਰ ਦਿੱਤੀਆਂ। ਉਦਣ ਇਹ ਜਿਹੜੀ ਤੁਕ ਸੀ ਮੈਂ ਸਾਹਮਣੇ ਵੇਖੀ ਹੁੰਦੀ, ਉਹ ਹੱਥ ਜੋੜੇ ਕਹਿੰਦੀ ਮਹਾਰਾਜ ਇਹਨਾਂ ਨੂੰ ਕੋਈ ਇਹ ਗੱਲ ਨਾ ਕਹਿਣ, ਕੋਈ ਨਹੀਂ ਮੇਰਾ ਪੁੱਤ ਸੀ ਫਿਰ ਕੀ ਹੋ ਗਿਆ, ਫਿਰ ਕੀ ਹੋ ਗਿਆ, ਪੋਤੀ ਸੀ ਮੇਰਾ। ਜੇ ਅਤ ਕਰੋਪ ਕਰੇ ਕਰਤਾਇਆ ਤਾਂ ਤਾਂ ਵੀ ਚੀਤ ਨਾਲ ਰਾਕਸ ਮਾਇਆ, ਤਾਂ ਵੀ ਮਾਂ ਜਿਹੜੀ ਹੈ ਕਹਿੰਦੀ ਮੇਰਾ ਪੁੱਤਰ ਹੀ ਹੈ। ਇਹ ਹੋ ਗਈ ਮਮਤਾ। ਹੁਣ ਪਿਓ ਦੀ ਗੱਲ ਵੀ ਲਿਖੀ ਹੈ ਮਹਾਰਾਜ ਨੇ ਗੁਰਬਾਣੀ 'ਚ, ਪਿਓ ਕੀ ਕਰਦਾ, ਜੈਸੇ ਬਾਲਕ ਭਾਏ ਸੋ ਪਾਈ ਲੱਖ ਅਪਰਾਧ ਕੁਮਾਰ। ਤੇ ਪਿਓ ਕੀ ਕਰਦਾ ਅੱਗੋਂ, ਕਰ ਉਪਦੇਸ਼ ਝਿੜਕੇ ਬਪਾਤੀ, ਸਮਝਾਉਂਦਾ ਤੇ ਝਿੜਕਦਾ, ਦੋਨੋਂ ਕੰਮ ਕਰਦਾ, ਮਾਂ ਨਹੀਂ ਝਿੜਕਦੀ ਪੁੱਤ, ਪਿਓ ਝਿੜਕਦਾ। ਕਰ ਉਪਦੇਸ਼ ਝਿੜਕੇ ਬਪਾਤੀ, ਫਿਰ ਅੱਗੇ ਅਗਲਾ ਕੰਮ ਕੀ ਕਰਦਾ, ਬਹੁਣ ਪਿਤਾ ਗੱਲ ਲਾਵੇ, ਉਹ ਵੀ ਫਿਰ ਗੱਲ ਨਹੀਂ ਲਾਉਂਦਾ, ਕਹਿੰਦਾ ਤੂੰ ਆਦਮੀ ਮੇਰਾ ਪੁੱਤਰ ਹੀ ਹੈ ਪਰ ਸੁਧਰ ਜਾ, ਇਹ ਕੰਮ ਠੀਕ ਨਹੀਂ ਹੈਗੇ। ਸੋ ਮਹਾਰਾਜ ਨੇ ਕਿਹਾ ਭਾਈ ਬੂੜਿਆ ਹੁਣ ਤਾਂ ਤੂੰ ਬਾਬਾ ਬੁੱਢਾ ਬਣਿਆ। ਮਾਂ ਨੇ ਆ ਕੇ ਵੀ ਚਰਨੀ ਮੱਥਾ ਟੇਕਿਆ, ਸਾਰਿਆਂ ਨੇ ਮੱਥਾ ਟੇਕਿਆ। ਮਹਾਰਾਜ ਕਹਿੰਦੇ ਅੱਜ ਤੋਂ ਸਾਡਾ ਗੁਰੂ ਨਾਨਕ ਦੇ ਘਰ ਦਾ ਵੱਡਾ ਵਜ਼ੀਰ, ਮੇਰੀ ਕੁਲ ਚੋਂ ਗੁਰੂ ਸਦਾਵੇ, ਤੇਰੀ ਕੁਲ ਚੋਂ ਟਿੱਕਾ ਲਾਵੇ, ਬੂੜੇ ਸੇ ਬੁੱਢਾ ਕੀ ਹੈ ਕਿੰਨੀ ਕਿਰਪਾ ਵਪਾਰ, ਵੇਖੋ ਕੋ ਨਰਮੂਰਤਾ ਜੋਤ ਆਪ ਨਿਰੰਕਾਰ। ਵੀ ਅੱਜ ਤੋਂ ਬਾਅਦ ਬਾਬਾ ਬੁੱਢਾ ਜਿਹੜਾ ਇਹ ਤਿਲਕ ਲਾਏਗਾ ਜਿਹੜਾ ਗੁਰੂ ਗੱਦੀ 'ਤੇ ਬੈਠੇਗਾ। ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਜੀ, ਇਹਨਾਂ ਨੂੰ ਬਾਬੇ ਬੁੱਢੇ ਸਾਹਿਬ ਨੇ ਹੱਥੀਂ ਤਿਲਕ ਲਾਇਆ। ਜਦੋਂ ਬਾਬਾ ਬੁੱਢਾ ਸਾਹਿਬ ਸਰੀਰ 'ਤੇ ਅੱਗ ਲੱਗੇ, ਉਹਨਾਂ ਛੇਵੀਂ ਪਾਤਸ਼ਾਹ ਨੂੰ ਆਪਣੇ ਕੋਲ ਸੱਦਿਆ, ਮਹਾਰਾਜ ਮੈਂ ਬਿਰਧ ਹੋ ਗਿਆ, ਹੁਣ ਸਰੀਰ 'ਤੇ ਅੱਗ ਦੇਣਾ, ਤੁਹਾਡੀ ਕਿਰਪਾ ਦੇ ਨਾਲ ਮੇਰੀ ਛਾਤੀ 'ਤੇ ਚਰਨ ਰੱਖੋ ਤਾਂ ਕਿ ਤੁਹਾਡੇ ਚਰਨਾਂ 'ਚ ਜਾਵਾਂ। ਛੇਵੀਂ ਪਾਤਸ਼ਾਹ ਨੇ ਆਪ ਮੋਢਾ ਦੇ ਕੇ ਸੰਸਕਾਰ ਕੀਤਾ ਹੈ ਬਾਬੇ ਬੁੱਢੇ ਸਾਹਿਬ ਦਾ। ਉਹਨਾਂ ਦੇ ਅੱਖਾਂ 'ਚ ਅੱਥਰੂ ਆ ਗਏ ਜਿਹਨੂੰ ਅੱਗ ਵਿਖਾਈ। ਉਹਨਾਂ ਕਿਹਾ ਜਿਹੋ ਜਿਹੀ ਸੇਵਾ ਬਾਬੇ ਬੁੱਢੇ ਨੇ ਕੀਤੀ ਹੈ, ਇਹੋ ਜਿਹੀ ਸੇਵਾ ਕੋਈ ਵੀ ਨਹੀਂ ਕਰ ਸਕੇਗਾ। ਜਿੰਨੇ ਗੁਰਸਿੱਖੀ ਨੂੰ ਸਮਝਣਾ ਬਾਬੇ ਬੁੱਢੇ ਦੇ ਜੀਵਨ ਨੂੰ ਪੜ੍ਹ ਲਵੇ, ਤਾਂ ਸੱਚਮੁੱਚ ਪੜ੍ਹ ਕੇ ਵੇਖੋ ਬਾਬੇ ਬੁੱਢੇ ਸਾਹਿਬ ਦਾ। ਮੈਂ ਅਗਲੀ ਕਿਤਾਬਾਂ ਲਿਆ ਦਾਂਗਾ, ਪੜ੍ਹ ਕੇ ਵੇਖਿਓ, ਤੁਹਾਡੇ ਅੰਦਰ ਸਿੱਖੀ ਦਾ ਸੋਮਾ ਫੁੱਟਣਾ ਸ਼ੁਰੂ ਹੋ ਜਾਏਗਾ, ਸੱਚਮੁੱਚ ਵੇਖ ਲਿਓ ਤੁਸੀਂ। ਫਿਰ ਜਦੋਂ ਬਾਬਾ ਬੁੱਢਾ ਸਾਹਿਬ ਸਵਾਸ ਪੂਰੇ ਦੇਣ ਤੋਂ ਪਹਿਲਾਂ ਉਹਨਾਂ ਭਾਈ ਭਾਨਾ ਜੀ ਉਹਨਾਂ ਦੇ ਚੌਥੇ ਪੁੱਤਰ ਸਨ, ਉਹਨਾਂ ਦੀ ਬਾਂਹ, ਉਹਨਾਂ ਦਾ ਨਾਂ ਗੁਰੂ ਨਾਨਕ ਦੇਵ ਰੱਖਿਆ ਸੀ, ਉਹਨਾਂ ਦੀ ਬਾਂਹ ਛੇਵੀਂ ਪਾਤਸ਼ਾਹ ਨੂੰ ਫੜਾ ਕੇ ਕਹਿੰਦੇ ਮਹਾਰਾਜ ਅੱਜ ਮੈਂ ਜਾ ਰਿਹਾ, ਹੁਣ ਮੇਰੇ ਤੋਂ ਬਾਅਦ ਇਹ ਮੇਰਾ ਪੁੱਤਰ ਗੁਰੂ ਘਰ ਦੀ ਸੇਵਾ ਕਰੇ। ਫਿਰ ਭਾਈ ਭਾਨਾ ਜੀ ਨੇ ਸੱਤਵੀਂ ਪਾਤਸ਼ਾਹ ਗੁਰੂ ਹਰਿ ਸਾਹਿਬ ਜੀ ਨੇ ਤਿਲਕ ਲਾਇਆ। ਫਿਰ ਭਾਈ ਭਾਨਾ ਜੀ ਦੇ ਪੋਤਰੇ ਬਾਬੇ ਬੁੱਢੇ ਸਾਹਿਬ ਦੇ ਪੜਪੋਤੇ ਭਾਈ ਝੰਡਾ ਜੀ ਨੇ ਅੱਠਵੀਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਤਿਲਕ ਲਾਇਆ। ਫਿਰ ਭਾਈ ਝੰਡਾ ਜੀ ਦੇ ਪੁੱਤਰ ਭਾਈ ਗੁਰਦਿੱਤਾ ਜੀ ਨੇ ਨੌਵੀਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਤਿਲਕ ਲਾਇਆ। ਫਿਰ ਭਾਈ ਗੁਰਦਿੱਤਾ ਜੀ ਦੇ ਪੁੱਤਰ ਸਾਹਿਬ ਰਾਮ ਕਵਰ ਨਾਂ ਸੀ, ਅੰਮ੍ਰਿਤ ਛਕ ਕੇ ਨਾਮ ਬਾਬਾ ਗੁਰਬਖਸ਼ ਸਿੰਘ ਹੋਇਆ, ਉਹਨਾਂ ਨੇ ਦਸਵੀਂ ਪਾਤਸ਼ਾਹ ਨੂੰ ਤਿਲਕ ਲਾਇਆ। ਮੇਰੀ ਕੁਲ ਚੋਂ ਗੁਰੂ ਸਦਾਵੇ, ਤੇਰੀ ਕੁਲ ਚੋਂ ਟਿੱਕਾ ਲਾ। ਉਹ ਲਾ ਕੇ ਪੰਜ ਘੋੜੇ, 500 ਮੋਰ, ਬਾਜ, ਬਾਜ ਦੀਆਂ ਦੋੜਾਂ ਡੋਰਾਂ ਅਤੇ ਕਲਗੀ ਅਰਮਦਾਸ ਦੀ ਧਰਤੀ 'ਚੋਂ ਲੈ ਕੇ ਹੁਣ ਗੁਰੂ ਨਾਨਕ ਗੁਰ ਦਸਵੇਂ ਪਾਤਸ਼ਾਹ ਦੀ ਭੇਟਾ ਕੀਤਾ। ਇਹ ਮਹਾਰਾਜ ਨੇ ਵਰ ਦਿੱਤੇ ਬਾਬੇ ਬੁੱਢੇ ਸਾਹਿਬ ਦੇ ਤਾਂ ਬਹੁਤ ਬਹੁਤ। ਇੱਕ ਗੱਲ ਕਰਕੇ ਮੈਂ ਸਮਾਪਤੀ ਕਰਦਾ, ਬਾਬੇ ਬੁੱਢਾ ਸਾਹਿਬ ਦੀ ਇੱਕ ਸਾਖੀ ਹੋਰ ਸੁਣਾ ਦਿੰਦਾ ਵਿੱਚ ਹੀ। ਇਹ ਤਾਂ ਦੱਸਿਆ ਨਾ ਬਾਬਾ ਬੁੱਢਾ ਸਾਹਿਬ ਦੇ ਬਖਸ਼ਿਸ਼ਾਂ ਕਿਵੇਂ ਹੋਈਆਂ, ਅਤੇ ਗੁਰੂ ਘਰ ਦੀ ਸੇਵਾ ਕਰਦੇ ਰਹੇ। ਹਰਿਮੰਦਰ ਸਾਹਿਬ ਜਾਓ, ਬਾਬੇ ਬੁੱਢੇ ਦੀ ਬੇਰ ਹੈ, ਉੱਥੇ ਬੈਠ ਕੇ ਸੇਵਾ ਕਰਾਉਂਦੇ ਹੁੰਦੇ ਸੀਗੇ। ਇੱਕੋ ਸੋਟਾ ਹੁੰਦਾ ਸੀ, ਅੰਜ ਮਾਰਦੇ ਸੀ ਥੱਲੇ, ਜਿਹਨੂੰ ਸੰਗਤ ਕਦੇ ਢਿੱਲੀ ਨਹੀਂ ਸੀ ਉਹਨਾਂ ਅੱਜ ਮਾਰਦੇ, ਪਰ ਜੋ ਬੀਨ ਵਰਗੀ ਆਵਾਜ਼ ਨਿਕਲਦੀ ਸੀ ਉਹ ਸੋਟਾ ਅੱਜ ਵੀ ਮੀਆਂ ਮੀਰ ਜੀ ਦੇ ਜਿਹੜੀ ਗੱਦੀ 'ਤੇ ਚੰਨਪੀਰ ਕਾਦਰੀ ਜੀ ਉਹਨਾਂ ਕੋਲ ਹੈਗਾ, ਉਹ ਕਹਿੰਦੇ ਤੁਹਾਨੂੰ ਦਰਸ਼ਨ ਕਰਾਵਾਂਗੇ। ਜਿਹੜੇ ਬਾਟੇ 'ਚ ਦੁੱਧ ਪਿਲਾਇਆ ਸੀਗਾ, ਉਹ ਮੈਂ ਤਰਨ ਤਾਰਨ ਸਾਹਿਬ ਗਿਆ, ਉਹ ਬਾਬੇ ਬੁੱਢੇ ਸਾਹਿਬ ਦੇ ਅੰਸ ਬੰਜ ਜਿਹਨਾਂ ਨੂੰ ਮਹਾਰਾਜ ਨੇ ਬਖਸ਼ਿਸ਼ ਕਰਕੇ ਉਸ ਖੁਸ਼ੀ ਦੇ ਵਿੱਚ ਉੱਧਰ ਜ਼ਮੀਨ ਦੇ ਦਿੱਤੀ ਸੀ ਬਾਬੇ ਬੁੱਢੇ ਸਾਹਿਬ ਦੇ ਪੁੱਤਰਾਂ 'ਚੋਂ ਇੱਕ ਨੂੰ ਦਿੱਤੀ ਸੀ।
ਉਹ ਕਹਿੰਦੇ ਬਾਟਾ ਸਾਡੇ ਕੋਲ ਹੈਗਾ ਪਰ ਅਸੀਂ ਵਿਖਾਉਣਾ ਨਹੀਂ। ਮੈਂ ਕਿਉਂ? ਕਹਿੰਦੇ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਲੈ ਜਾਣਾ ਚੁੱਕ ਕੇ। ਮੈਂ ਨਹੀਂ ਲੈਣ ਦੇ ਚੁੱਕ ਕੇ, ਤੁਸੀਂ ਫਿਕਰ ਨਾ ਕਰੋ, ਅਸੀਂ ਦਰਸ਼ਨ ਕਰਾਂਗੇ। ਹੁਣ 500 ਸਾਲਾਂ ਬਾਬੇ ਵੱਡੇ ਸਾਹਿਬ ਦਾ ਮਿਲਾਪ ਦਿਵਸ ਆ ਰਿਹਾ ਹੈ 29 ਸਪਟੈਂਬਰ, ਉਹ ਮਨਾਵਾਂਗੇ ਉੱਥੇ। ਕੋਸ਼ਿਸ਼ ਕਰਾਂਗੇ ਬਾਟੇ ਦੇ ਵੀ ਦਰਸ਼ਨ ਕਰਾਏ ਜਾਣ ਜੇ ਉਹਨਾਂ ਦੇ ਦਿੱਤਾ, ਭਾਵੇਂ ਤਾਂ ਕਿਉਂ ਕਿਸੇ ਕੋਲ, ਸਾਡੇ ਕੋਲ ਤਾਂ ਹੈ ਨਹੀਂ। ਇਹ ਕੋਈ ਮਾਤਾ ਆਈ ਨਾ ਦਸਵੰਧ ਲੈ ਕੇ, ਗੁਰੂ ਅਰਜਨ ਦੇਵ ਜੀ ਦੇ ਵੇਲੇ ਦੀ ਗੱਲ ਹੈ। ਗੁਰੂ ਅਰਜਨ ਦੇਵ ਜੀ ਉੱਥੇ ਹੈ ਨਹੀਂ ਸੀਗੇ, ਉਹ ਕਹਿੰਦੇ ਦਸਵੰਧ ਦੇ ਗਈ ਬਾਬੇ ਬੁੱਢੇ ਸਾਹਿਬ ਨੂੰ ਵੀ, ਮੈਂ ਚਲੀ ਜਾਣਾ, ਮੇਰੇ ਕੋਲ ਰਿਹਾ ਨਹੀਂ ਜਾਣਾ ਇੰਨੇ ਦਿਨ, ਇਹ ਦਸਵੰਧ ਦੇ ਦਿਓ, 6 ਮਹੀਨੇ ਬਾਅਦ ਫਿਰ ਮੈਂ ਆਵਾਂਗਾ। 6 ਮਹੀਨੇ ਬਾਅਦ ਫਿਰ ਦਸਵੰਧ ਲੈ ਕੇ ਆਏ, ਤਾਂ ਉਦੋਂ ਗੁਰੂ ਸਾਹਿਬ ਹੈਗੇ ਸੀ। ਉਹਨੇ ਕਿਹਾ ਮਹਾਰਾਜ ਪਿਛਲਾ ਦਸਵੰਧ ਮੈਂ ਬਾਬੇ ਬੁੱਢੇ ਸਾਹਿਬ ਨੂੰ ਦੇ ਗਈ ਸਾਂ, ਆਹ ਦਸਵੰਧ ਮੈਂ ਹੋਰ ਲਿਆਈ। ਗੁਰੂ ਸਾਹਿਬ ਕਹਿੰਦੇ ਬਾਬੇ ਬੁੱਢੇ ਸਾਹਿਬ ਨੇ ਦਸਵੰਧ ਸਾਨੂੰ ਦਿੱਤਾ ਹੀ ਨਹੀਂ, ਕੋਈ ਦਿੱਤਾ ਹੀ ਨਹੀਂ ਸਾਨੂੰ। ਉਹ ਕਹਿੰਦੇ ਲਿਆਓ ਬੁਲਾ ਕੇ ਬਾਬੇ ਬੁੱਢੇ ਸਾਹਿਬ ਨੂੰ, ਉਹਨਾਂ ਨੂੰ ਬੁਲਾਇਆ, ਕਹਿੰਦੇ ਵੀ ਮਾਤਾ ਤੁਹਾਨੂੰ ਦਸਵੰਧ ਦੇ ਕੇ ਗਈ ਸੀ। ਕਹਿੰਦੇ ਨਹੀਂ, ਮੈਂ ਤਾਂ ਕੋਈ ਦਸਵੰਧ ਨਹੀਂ ਦੇ ਕੇ ਗਈ, ਕੋਈ ਪੈਸਾ ਨਹੀਂ ਦੇ ਕੇ ਗਈ। ਮਾਤਾ ਕਹਿੰਦੀ ਵੀ ਫਲਾਣੀ ਥਾਂ 'ਤੇ ਬੈਠੇ ਸੋ ਤੁਸੀਂ, ਮੈਂ ਦੁੱਧ ਫੜਾਇਆ, ਯਾਨੀ ਚੇਤਾ ਕਰਾਈ ਦਾ ਤੂੰ ਇੰਝ ਬੈਠਾ ਇੰਝ ਬੈਠਾ। ਉਹ ਕਹਿੰਦੇ ਨਹੀਂ ਨਹੀਂ ਦੇ ਕੇ ਗਈ। ਹੁਣ ਬੰਦਾ ਜਦੋਂ ਮੁੱਕਰ ਜਾਏ ਫਿਰ ਕੀ ਕਹੀ, ਇਹ ਤਾਂ ਸੌਂ ਖਾ ਕਿੱਥੇ ਆ ਜਾਂਦੀ ਨਾ ਗੱਲ ਬੰਦਾ ਜਦੋਂ ਮੁੱਕਰ ਜਾਏ। ਮਾਤਾ ਕਹਿੰਦੀ ਬਾਬੇ ਬੁੱਢਾ ਸਾਹਿਬ ਨੂੰ ਸੌਂ ਖਾਓ, ਆਪਣੀ ਸੌਂ ਖਾ ਕੇ ਕਹੋ ਵੀ ਤੂੰ ਦਸਵੰਧ ਨਹੀਂ ਦੇ ਕੇ ਗਈ। ਬਾਬਾ ਬੁੱਢਾ ਸਾਹਿਬ ਕਹਿੰਦੇ ਮੈਨੂੰ ਮੇਰੀ ਸੌਂ ਲੱਗੇ, ਤੂੰ ਮੈਨੂੰ ਇੱਕ ਪੈਸਾ ਵੀ ਨਹੀਂ ਦੇ ਕੇ ਗਈ। ਸਾਰੀ ਸੰਗਤ ਹੈਰਾਨ ਹੋ ਗਈ ਵੀ ਇਹ ਗੱਲ ਕੀ ਬਣ ਗਈ। ਵੈਸੇ ਮਾਤਾ ਬਾਬਾ ਬੁੱਢਾ ਸਾਹਿਬ ਥੋੜ੍ਹਾ ਝੂਠ ਬੋਲ ਸਕਦੇ, ਮਾਤਾ ਪਤਾ ਨਹੀਂ ਕਿਉਂ ਝੂਠ ਬੁਲਾਉਣ ਡੀ ਬਾਬੇ ਬੁੱਢੇ ਸਾਹਿਬ ਕੋਲੋਂ। ਹੁਣ ਜਿਹੜੇ ਬੰਦੇ 'ਤੇ ਯਕੀਨ ਵੀ ਮੰਨਾਂਗੇ, ਆਹ ਬੰਦਾ ਤਾਂ ਝੂਠ ਨਹੀਂ ਵੀ ਬੋਲ ਸਕਦਾ। ਉਹ ਕਹਿੰਦੀ ਵੀ ਗੱਲ ਫਿਰ ਬਣੀ ਨਹੀਂ। ਉਹਨੇ ਫਿਰ ਅਗਲਾ ਪੈਂਤੜਾ ਕੀਤਾ ਮਾਤਾ ਨੇ, ਕਹਿੰਦੀ ਗੁਰੂ ਸਾਹਿਬ ਦੀ ਸੌਂਹ ਖਾ, ਗੁਰੂ ਸਾਹਿਬ ਨੂੰ ਤਾਂ ਮੰਨਦਾ ਨਾ, ਗੁਰੂ ਸਾਹਿਬ ਦੀ ਸੌਂਹ ਖਾ, ਇਹਦਾ ਦਸਵੰਧ ਨਹੀਂ ਦੇ ਕੇ ਗਈ। ਕਹਿੰਦੇ ਮੈਨੂੰ ਗੁਰੂ ਸਾਹਿਬ ਦੀ ਸੌਂਹ ਲੱਗੀ, ਤੂੰ ਕੋਈ ਦਸਵੰਧ ਨਹੀਂ ਮੈਨੂੰ ਦੇ ਕੇ। ਸਾਰੀ ਸੰਗਤ ਹੈਰਾਨ ਵੀ ਹੁੰਦਾ ਕੀ ਪਿਆ, ਵੀ ਮਾਤਾ ਝੂਠ ਬੁਲਾਉਣ ਡੀ ਹੈ ਬਾਬੇ ਬੁੱਢੇ ਸਾਹਿਬ ਕੋਲੋਂ। ਬਾਬਾ ਬੁੱਢਾ ਸਾਹਿਬ ਜੀ ਗੱਲ ਕਰ ਸਕਦੇ, ਐਵੇਂ ਕਹਿਣ ਡੀ ਵੀ ਦਸਵੰਧ ਨਹੀਂ ਦੇ ਕੇ ਗਈ। ਉਹਨੇ ਕਹਿੰਦੀ ਚੰਗਾ ਫਿਰ ਇੱਕ ਗੱਲ, ਇੱਕ ਫਿਰ ਉਹਨੇ ਅਖੀਰ ਦਾ ਹਥਿਆਰ ਰਹਿ ਗਿਆ ਉਹਦੇ ਕੋਲ, ਕਹਿੰਦੀ ਇਹ ਸਾਧ ਸੰਗਤ ਦੀ ਸੌਂਹ ਆ, ਉਹ ਦਸਵੰਧ ਨਹੀਂ ਦੇ ਕੇ ਗਈ, ਮੈਂ ਦਸਵੰਧ ਨਹੀਂ ਦੇ ਕੇ ਗਈ। ਬਾਬਾ ਬੁੱਢਾ ਸਾਹਿਬ ਨੇ ਪੈਸੇ ਕੱਢ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਰੱਖਿਆ, ਮਹਾਰਾਜ ਦਸਵੰਧ ਦੇ ਗਈ ਸੀ। ਕਹਿੰਦੇ ਇੰਨਾ ਕੁਛ ਕਿਉਂ ਤੂੰ ਕੀਤਾ? ਕਹਿੰਦੇ ਮਹਾਰਾਜ ਸੰਗਤ ਨੂੰ ਦੱਸਣ ਵਾਸਤੇ। ਕਹਿੰਦੇ ਕੀ? ਕਹਿੰਦੇ ਜਦੋਂ ਮੈਂ ਆਪਣੀ ਸੌਂਹ ਖਾਧੀ, ਮੈਂ ਤੁਹਾਡੇ ਕੋਲੋਂ ਬਖਸ਼ਾ ਲੈਣੀ ਸੀ। ਜਦੋਂ ਮੈਂ ਤੁਹਾਡੀ ਸੌਂਹ ਖਾਧੀ, ਮੈਂ ਸਾਧ ਸੰਗਤ ਕੋਲੋਂ ਬਖਸ਼ਾ ਲੈਣੀ। ਜਦੋਂ ਸੰਗਤ ਦੀ ਸੌਂਹ ਹੀ ਪਵਾਦੀ, ਮੈਂ ਬਖਸ਼ਾਉਣੀ ਕਿਹਦੇ ਕੋਲ ਸੀ? ਸੰਗਤ ਨੂੰ ਕਿੰਨਾ ਦਰਜਾ ਉੱਚਾ ਦਿੱਤਾ ਗੁਰੂ ਸਾਹਿਬ ਨੇ ਅਤੇ ਗੁਰੂ ਦੇ ਸਿੱਖਾਂ ਨੇ। ਸੰਗਤ ਗੁਰੂ ਕਿੰਨੇ ਈਸਵੀ ਹੈ? 20 ਈਸਵੀ ਅਤੇ ਸੰਗਤ 21 ਈਸਵੀ। ਪਰ 21ਵੀਂ ਕਿਦੋਂ ਬਣਦੀ ਹੈ? ਸੰਗਤ ਹੈਗੀ 21ਵਾ, ਗੁਰੂ ਹੈਗਾ 20 ਈਸਵੀ। ਸੰਗਤ 21ਵੇ ਨਹੀਂ, ਸੰਗਤ ਹੈਗੀ 21ਵਾ, ਗੁਰੂ ਹੈਗਾ 20 ਈਸਵੀ। ਜਦੋਂ ਸੰਗਤ ਗੁਰੂ ਦੇ ਚਰਨਾਂ 'ਚ ਆਉਂਦੀ ਹੈ, ਗੁਰੂ ਆਪਣੇ 20 ਈਸਵੀ ਵੀ ਸੰਗਤ ਨੂੰ ਦੇ ਦਿੰਦਾ, ਜਿਹਦੇ ਕਰਕੇ ਸੰਗਤ 21ਵੀ ਹੋ ਜਾਂਦੀ ਹੈ। ਗੁਰੂ ਤੋਂ ਬਗੈਰ ਅਸੀਂ ਕੁਛ ਨਹੀਂ ਹੈਗੇ, ਬਿਲਕੁਲ ਕੁਛ ਨਹੀਂ ਹੈਗੇ। ਗੁਰੂ ਤੋਂ ਬਗੈਰ ਸੰਗਤ ਵੀ, ਸੰਗਤ ਗੁਰੂ ਤੋਂ ਬਗੈਰ ਹੋ ਹੀ ਨਹੀਂ ਸਕਦੀ। ਗੁਰੂ ਹੋਏਗਾ ਤਾਂ ਸੰਗਤ ਹੋਏਗੀ, ਕਿਹੜੀ ਸੰਗਤ ਹੋਏਗੀ? ਸਾਧ ਸੰਗਤ ਹੋਏਗੀ। ਰੇਲਵੇ ਸਟੇਸ਼ਨਾਂ 'ਤੇ ਬੜੀ ਦੁਨੀਆ ਬੈਠੀ ਹੁੰਦੀ ਹੈ, ਸਿਨੇਮੇ ਘਰਾਂ 'ਚ ਕਿੰਨੀ ਸੁਣੀ, ਉਹਨੂੰ ਕਦੀ ਉਹਨੂੰ ਸਾਧ ਸੰਗਤ ਕਿਹਾ ਕਿਸੇ ਨੇ? ਉਹਨਾਂ ਨੂੰ ਨਹੀਂ ਕਿਹਾ। ਸਾਧ ਸੰਗਤ ਗੁਰੂ ਚਰਨਾਂ 'ਚ ਆ ਕੇ ਬਣੀ ਹੈ। ਤਾਂ ਤੁਸੀਂ ਜਿਹੜੇ ਪਾ ਕੇ ਆਉਂਦੇ ਹੋ ਚੱਪਲਾਂ, ਬੂਟ, ਜੁੱਤੀਆਂ, ਉਹ ਵੀ ਇੱਥੇ ਆ ਕੇ ਜੋੜੇ ਬਣ ਜਾਂਦੇ ਨੇ। ਇੱਥੇ ਤੁਸੀਂ ਜੋੜੇ ਕਹੋਗੇ, ਬੂਟ ਨਹੀਂ ਕਹੋਗੇ, ਜੁੱਤੀ ਨਹੀਂ ਕਹੋਗੇ, ਇਹ ਗੱਲ ਨਹੀਂ ਕਹੋਗੇ, ਇੱਥੇ ਜੋੜੇ ਕਹੋਗੇ। ਜਾਣੀ ਕਿ ਤੁਹਾਡੇ ਜਿਹੜੇ ਕਹਿੰਦਾ ਉਹ ਵੀ ਆ ਕੇ ਇੱਥੇ ਜੋੜੇ ਬਣ ਜਾਂਦੇ ਨੇ ਗੁਰੂ ਚਰਨਾਂ ਦੇ ਵਿੱਚ ਆ ਕੇ ਭਾਈ। ਅਤੇ ਗੁਰੂ ਤੋਂ ਬਗੈਰ ਅਸੀਂ ਬਿਲਕੁਲ ਸਿਫਰ ਹੈ, ਸਿੱਖ ਸਿਫਰ ਹੈ ਗੁਰੂ ਤੋਂ ਬਗੈਰ। ਅਤੇ ਗੁਰੂ ਦੀ ਮਿਹਰਾਂ ਨਾਲ ਅਸੀਂ 1 ਤੋਂ 21ਵੀਂ ਹੋ ਜਾਂਦੇ ਹਾਂ ਭਾਈ। ਐਸਾ ਗੁਰੂ ਹੈ ਸਾਡਾ, ਜਿਹਦੇ ਬਾਰੇ ਬਾਬੇ ਬੁੱਢੇ ਸਾਹਿਬ ਨੇ ਤਾਂ ਵੇਖੋ ਸਾਰੀ ਉਮਰ ਬਾਬਾ ਬੁੱਢਾ ਸਾਹਿਬ ਗੁਰੂ ਦੇ ਸਿੱਖ ਬਣ ਕੇ ਰਹੇ, ਕਿਤੇ ਗੁਰੂ ਨਹੀਂ ਬਣੇ।
ਅੱਜ ਦੇ ਦਿਨ ਵੀ ਬਾਬੇ ਬੁੱਢੇ ਸਾਹਿਬ ਨੂੰ ਅਸੀਂ ਜਿਹੜੇ ਮੰਨਣ ਵਾਲੇ ਹਾਂ ਤੁਸੀਂ ਹੋ ਮੇਰੇ ਸਾਰੇ, ਅਸੀਂ ਐਸਾ ਸਿੱਖ ਮੰਨਦੇ ਉਹਨਾਂ ਨੂੰ ਗੁਰੂ ਕਰਕੇ ਨਹੀਂ ਮੰਨਦੇ, ਗੁਰੂ ਅਸੀਂ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਨਾਨਕ ਨੂੰ ਦਸਾਂ ਗੁਰੂਆਂ ਨੂੰ ਮੰਨਦੇ। ਸੋ ਭਾਈ ਬਾਬਾ ਬੁੱਢਾ ਸਾਹਿਬ ਅੱਜ ਦੇ ਦਿਨ ਵੀ ਸਿੱਖ ਨੇ, ਗਾਂਹ ਵੀ ਸਿੱਖ ਰਹਿਣਗੇ ਕਿ ਉਹ ਸਿੱਖ ਹੀ ਬਣੇ। ਬਾਬੇ ਬੁੱਢੇ ਸਾਹਿਬ ਦੇ ਘਰ ਦਾ ਪ੍ਰਚਾਰ ਮੇਰੇ ਪਿਤਾ ਜੀ ਨੇ ਕੀਤਾ, ਯਾਦ ਆ ਉਹਨਾਂ ਨੇ ਐਸਾ ਸਿੱਖ ਪੇਸ਼ ਕੀਤਾ, ਐਸੇ ਗੁਰੂ ਨੇ ਪੇਸ਼ ਕੀਤਾ। ਸਾਡੇ ਇਲਾਕੇ ਚਲੇ ਜਾਓ, ਬਾਬੇ ਬੁੱਢੇ ਸਾਹਿਬ ਦੀ ਸਹੁੰ ਪਵਾ ਕੇ ਵੇਖਿਓ, ਕਿ ਕੋਈ ਨਹੀਂ ਖਾਏਗਾ ਸਭ, ਤੁਹਾਨੂੰ ਬਾਬਾ ਬੁੱਢਾ ਸਾਹਿਬ ਕਹਿਣਗੇ, ਸਭ ਕੁਛ ਕਹਿਣਗੇ ਸੋਹਣੇ, ਪਰ ਉਹਨਾਂ ਨੂੰ ਐਸਾ ਸਿੱਖ ਮੰਨਣਗੇ ਨਾ ਕਿ ਐਸੇ ਗੁਰੂ ਮੰਨਣਗੇ। ਸੋ ਭਾਈ ਜਿਵੇਂ ਬਾਬਾ ਬੁੱਢਾ ਸਾਹਿਬ ਗੁਰੂ ਦੇ ਸਿੱਖ ਬਣ ਕੇ ਰਹੇ, ਅਸੀਂ ਵੀ ਗੁਰੂ ਦੇ ਸਿੱਖ ਬਣ ਕੇ ਰਹੀਏ, ਅਤੇ ਗੁਰੂ ਦੀ ਕਿਰਪਾ ਨਾਲ ਕੀ ਹੋਏਗਾ। ਗੱਲ ਕਿੱਥੋਂ ਚੱਲੀ ਸੀ? ਸੁੱਖ ਤੋਂ। ਫਿਰ ਕੀ ਹੋਏਗਾ? ਲੋਕ ਸੁਖੀ ਹੈ, ਲੋਕ ਦੇ ਸੁੱਖ ਮਿਲਣਗੇ ਅਗਲਾ, ਪਰ ਲੋਕ ਵੀ ਤੁਹਾਡਾ ਸੁਹੇਲਾ ਹੋ ਜਾਏਗਾ। ਸੋ ਭਾਈ ਇੰਨਾ ਕੁਛ ਹੀ ਕਹਿੰਦਾ ਕਿ ਮੈਂ ਜਾ ਚੱਕਾਂ, ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।